ਕਹਿੰਦੇ ਤੁਹਾਡੇ ਬੱਚੇ ਨੇ ਚੋਰੀ ਕੀਤੀ ਹੈ ਜੀ 5 ਤੋਲੇ ਉਹਨਾਂ ਕੋਲ ਸੋਨਾ ਹੈ ਬੱਚੇ ਤੁਹਾਡੇ ਕੋਲ ਉਹ ਬਰਾਮਦੀ ਦੇ ਦਿਓ ਜੇ ਬੱਚੇ ਦੇ ਪਰਚਾ ਨਹੀਂ ਪਾਵਾਂਗੇ ਬੱਚੇ ਨੂੰ ਵੀ ਮਾਰ ਕਟਾਈ ਕਰਕੇ ਰਾਤ ਨੂੰ ਵਾਪਸ ਮੋੜ ਦਿੰਦੇ ਹਾਂ जलंधर के एक व्यक्ति ने पुलिस उपर उसके 14 साल के बेटे उपर थर्ड डिग्री इस्तेमाल करने का आरोप लगाया है। बच्चे के पिता राजेंद्र कुमार का कहना है कि उसका बच्चा जो कि 14 साल का है कबूतर पालन का शौकीन है ते कुछ दिन पहला उसका एक कबूतर उड़ के गुआंढ़ियों की छत उत्ते बैठ गया। कबूतर लैन लई जब बच्चा गुआंढ़ियों की छत उपर गया तो गुआंढ़ियों वालों उस उपर 5 तोले सोना चोरी करने का आरोप लगा दिया गया। इस तो बाद पुलिस ने बच्चे नूं राउंड अप करके 3 दिन लगातार उस दे नाल मार कुटाई की। राजेंद्र कुमार का कहना है कि पुलिस रोज सवेरे बच्चे नूं थाने बुला लेंदी सी अते रात नूं 9:30 बजे उस नूं घर भेजदी सी। राजेंद्र कुमार मुताबिक उस दे बच्चे नूं पुलिस ने जो जख्म दिते ने उस दे लई ओ अपने बच्चे दी MLR करवा के पुलिस उत्ते कारवाई करवाउणा चाहुंदा है। उस दे मुताबिक उस दे बच्चे नाल गवांडी पहला भी मार कुटाई कर चुके ने। ਕੀ ਨਾਮ ਹੈ ਰਜਿੰਦਰ ਕੁਮਾਰ ਭਾਈ ਤੇ ਕੈਮਰੇ ਲੱਗੇ ਹੋਏ ਸੀਗੇ ਕੰਮ ਕੀ ਕਰਦਾ ਆਪਾਂ ਕੋਠੇ ਦੇ ਉੱਤੇ ਹੀ ਹੈ ਜੀ ਅੰਦਰ ਦਾ ਪਤਾ ਨਹੀਂ ਅੰਦਰ ਦਾ ਕੋਈ ਉਹਨਾਂ ਕੋਲ ਆਪਾਂ ਕੰਮ ਕੀ ਕਰਦੇ ਭਾਈ ਮੈਂ ਵੇਟਰ ਦਾ ਕੰਮ ਜਿਹੜਾ ਸਾਡੇ ਬੇਟੇ ਨੂੰ ਮਾਰਿਆ ਮੁਰਿਆ ਹੋਇਆ ਤੁਸੀਂ ਉਹਨਾਂ ਗੱਲ ਨਹੀਂ ਕੀਤੀ ਕਿ ਉਹ ਮਾਰਿਆ ਕਰਦੇ ਜੀ ਜਾਣੇ ਆ ਉਹ ਕਹਿੰਦੇ ਤੁਹਾਡੇ ਬੱਚੇ ਨੇ ਚੋਰੀ ਕੀਤੀ ਹੈ ਜੀ 5 ਤੋਲੇ ਉਹਨਾਂ ਕੋਲ ਸੋਨਾ ਹੈ ਬੱਚੇ ਤੁਹਾਡੇ ਕੋਲ ਉਹ ਬਰਾਮਦੀ ਦੇ ਦਿਓ ਜੇ ਬੱਚੇ ਦੇ ਪਰਚਾ ਨਹੀਂ ਪਾਵਾਂਗੇ ਤੇ ਪੁਲਿਸ ਕਮਿਸ਼ਨਰ ਨੂੰ ਵਗੈਰਾ ਨੂੰ ਮਿਲਿਆ ਨਹੀਂ ਤੁਸੀਂ ਇਸ ਮਾਮਲੇ ਜੀ ਸਾਡੀ ਅੰਨੀ ਨੂੰ ਨਹੀਂ ਹੈਗੀ ਆਪਾਂ ਕਿਤੇ ਥਾਣੇ ਤੱਕ ਹੀ ਜਾਂਦੇ ਸੀ ਥਾਣੇ ਦੇ ਵਿੱਚ ਹੀ ਸਾਨੂੰ ਵਾਪਸ ਮੋੜ ਦਿੰਦੇ ਰਹੇ ਬੱਚੇ ਨੂੰ ਵੀ ਮਾਰ ਕਟਾਈ ਕਰਕੇ ਰਾਤ ਨੂੰ ਵਾਪਸ ਮੋੜ ਦਿੰਦੇ ਰਹੇ 3 ਦਿਨਾਂ ਤੋਂ ਇਹ ਕੰਮ ਚੱਲ ਰਿਹਾ ਹੈ ਤੇ ਪਰਚਾ ਪੁਰਚਾ ਕਟਾਇਆ ਤੁਸੀਂ ਕੋਈ ਐਮਐਲਆਰ ਕਟਾਈ ਹੈ ਹਾਂ ਹੁਣ ਕਟਾਈ ਹੈ ਜੀ ਆਣ ਕੇ ਕੱਲ ਰਾਤ ਦਾ ਨੂੰ ਛੱਡਿਆ ਕੱਲ ਸਵੇਰ ਦਾ ਇਹ ਕੰਮ ਕਰਦੇ ਵੀ ਐਮਆਰਆਈ ਕਟਾਈ 3 ਦਿਨਾਂ ਤੋਂ ਬੱਚਾ ਉਹਨਾਂ ਦੇ ਕੋਲ ਹੀ ਸੀ ਲਗਾਤਾਰ ਮਾਰ ਕੁੱਟ ਲਗਾਤਾਰ ਦਿਨੇ ਲੈ ਜਾਂਦੇ ਸੀ ਰਾਤੀ ਛੱਡ ਦਿੰਦੇ ਸੀ ਤੇ ਜਦੋਂ ਇਹ ਰਾਤੀ ਕਿੰਨੇ ਵਜੇ ਛੱਡਦੇ ਸੀ 9:30 ਵਜੇ ਨਾਲ ਤੇ ਸਾਨੂੰ ਫੋਨ ਕਰਦੇ ਹੁੰਦੇ ਸੀ ਜਾਂ ਸਨੇਹਾ ਭੇਜਦੇ ਕਿ ਬੱਚਾ ਆਪਣਾ ਲੈ ਜਾਓ ਐਮਐਲਏ ਅੰਗਰਾਲ ਨੂੰ ਨਹੀਂ ਮਿਲੇ ਤੁਸੀਂ ਏਰੀਆ ਦੇ ਐਮਐਲਏ ਨੂੰ ਸ਼ੀਤਲ ਅੰਗਰਾਲ ਨੂੰ ਉਹਨਾਂ ਨੂੰ ਨਹੀਂ ਮਿਲੇ ਉਹਨਾਂ ਨੂੰ ਮਿਲੇ ਕਿਹੜਾ ਅਫਸਰ ਲੈ ਕੇ ਜਾਂਦਾ चोरी तो बाद जाते नजर आए थे जिन्होंट वालों शिनाख्त कर दी गई शिनाख्त करने थाने बुलाया गया थाने जो बुलाए तो एक बच्चा 5-6 साल का दूजा 10 साल का कानून असी 12 साल तो छोटे बच्चे की गिरफ्तारी नहीं कर सकते और ये चोरी भी करनी मिली सी और जरा चोरी का समान से क्योंकि माता पिता को ही गया उनकी रिकवरी वास्ते पुलिस ने कोशिश की उनके माता पिता को बुलाने पर पुलिस के डरों वो घर में नहीं मिले बच्चे छोटे होने करके ਉਹਨਾਂ ਥਾਣੇ ਨਹੀਂ ਰੱਖੇ ਜਾ ਸਕਦੇ ਸੀ ਇਸ ਲਈ ਮੌਜੂਦ ਬੰਦੇ ਬੁਲਾ ਕੇ SHO ਨੇ ਉਹਨਾਂ ਦੇ ਹੈਂਡਓਵਰ ਕਰ ਦਿੱਤੇ ਸੀ ਮੁਕੱਦਮੇ ਦੀ ਇਹਦੇ ਤਰਤੀ ਜਾਰੀ ਹੈ SHO ਨਾਲ ਮੇਰੀ ਗੱਲ ਹੋ ਚੁੱਕੀ ਹੈ ਸਿਰਫ ਉਹਨਾਂ ਦੇ ਪੇਰੈਂਟਸ ਜਿਹੜੇ ਨੇ ਆਪਣੀ ਗ੍ਰਿਫਤਾਰੀ ਤੋਂ ਤੇ ਰਿਕਵਰੀ ਤੋਂ ਡਰਦੇ ਹੋਏ ਝੂਠੇ ਪੁਲਿਸ ਤੇ ਐਲੀਗੇਸ਼ਨ ਲਾ ਰਹੇ ਨੇ ਜਦੋਂ ਕਿ ਸਰ ਜੀ ਉਹ ਉਹਨਾਂ ਵੱਲੋਂ ਹੀ ਕਿਹਾ ਜਾ ਰਿਹਾ ਕਿ ਕੋਈ ਕੁੱਟਮਾਰ ਕੀਤੀ ਕਿ ਬੱਚੇ ਨਾਲ ਕੁਝ ਇਦਾਂ ਦਾ ਕੁਝ ਜੀ ਤੇ ਉਹ ਆਪਣੀ ਗ੍ਰਿਫਤਾਰੀ ਤੋਂ ਤੇ ਰਿਕਵਰੀ ਦੇ ਡਰ ਤੋਂ ਜੋ ਮੈਨੂੰ ਕੰਸਰਟ ਪੁਲਿਸ ਸਟੇਸ਼ਨ ਨੇ ਦੱਸਿਆ ਉਹ ਸਿਰਫ ਝੂਠੇ ਐਲੀਗੇਸ਼ਨ ਆ ਰਹੇ 5-6 ਸਾਲ ਦੇ ਬੱਚੇ ਨੂੰ ਕੁੱਟਣਾ ਕੋਈ ਵਾਜਬ ਗੱਲ ਨਹੀਂ ਔਰ ਇਦਾਂ ਦੀ ਕੁਝ ਨਹੀਂ ਉਹ ਆਪਣੀ ਗ੍ਰਿਫਤਾਰੀ ਤੋਂ ਡਰ ਕੇ ਉਹਨਾਂ ਦੇ ਪੇਰੈਂਟਸ ਜਿਹੜੇ ਠੀਕ ਬਿਊਰੋ ਰਿਪੋਰਟ ਸਫਰ ਟੀਵੀ